بسم الله الرحمن الرحيم. ناطحة ليا ونظر الجاد تريد ومن ركف نواحي كلهم من بغم من فيهم يسمت بنبوتك يا محمد يا محمد بولايتك يا صلوات بابا دے بلند پر جڑے ٹر گئے ویندے پین جڑے بیٹھے ہو آل محمد دا حق سمجھ کے بلند صلوات بلند اللہ بھائی منتظر دی توفیق عطا فرماوے سب تمام علماء کرام ذاکرین مومنین مولا سلامت رکھے. میلہ شروع ہوئی ہے تو میں ممبر تے بیٹھا مختصر حاضری گنن سیداں تو دعا ویسا پیا گنن سیداں تو دعا ویسا پیا زوار جی قسمت ہوئی تو ولا ویسا پیا دار یارو اگر میں کو جنت کتھوں بھی نہ ملی کوئی مسئلہ نہیں کربلا ویسا پیا سلوات بابا دے بلند دماغ سوچن دے وچ ویندا روجے دماغ سوچن دے وچ ویندا روجے سوچیندا کوجا تے ہوندا کوجے ایندے عقل تو میں حیران ہاں پڑھیندا جمعہ تے ہوندا بوتھے بس بس بسم اللہ اعوذ باللہ من الشیطان الرجیم بسم اللہ کی بقا کے لیے بی بی اجڑ گئی عادل امام دی عادلہ دئیے ونڈ کے خرائے دے جڑے بندے مکان دے ون واسطے آئے بسم اللہ سی آج ددی دامی ددے تو گھاٹ کوئی نہیں منت کرے نا جڑے پچھلے سال آن اس سال کوئی نہیں متا ایندا مریم کربلا دا سفر نصیب چھوئی یا نہ ہوئی زندگی دا آخری سمجھ کے سنیا کر بسم اللہ میں نہ کر الصلاۃ والسلام علی حسن المسموم آئے ضرور کریں برتن مسموم دن جنو ایک نہیں دو نہیں نو میری زہر ملی ہوئے جڑا امتیان لبن آیا ہے او دا شور کوٹا لازم وار نہیں ہے خان صاحب تیرے میرے پتر دے پیر ہی کنڈا لگ بنے توں تے میں برداشت نہیں کریں دے تے جڑی چکیاں پی پی پلے دی رہیا یہ پتروں کی قسمت ایک دے میت تیرا ایک دا تیرا تے میت نوکرا بسم اللہ میں نوکر والا حسین المظلوم مقتول البیار دے کربلا ڈکھیاں تلوٹیاں بھینی دا بھرا مارے بے جرم بے خطا یا سلطان الصابرین سیدہ دا جان سجان کے آئے مائی اسے بغداد غریب دے سیدہ دا جان سجان کے آئے مائی میڈے قتل دے وچ ہاتھ پا نہیں کرم نہ کریں وطن تے بہ کے بے وطن دا ذکر سندا بیٹھا ہے جیڑا بائے سنگدا اے وال اٹھ نہیں سنگدا الزام اونی تے لارے سیدا دا مے منیا تیری جنت دا مڈ چھوٹے بال روا نہیں جائیں دے وال کھلے
ਧਿਆਨ ਸ਼ਾਮ ਦੇ ਵਿੱਚ ਦੁਬਾਰਾ ਵਾਲ ਬਿਸਮਿਲਾ ਟਾਈਮ ਥੋੜਾ ਹੈ ਤੁਸ ਬਿਸਮਿਲਾ ਮੈਂ ਨਾ ਕਰ ਵੀ ਸਰ ਬਿਸਮਿਲਾ ਮੈਂ ਰਾਮ ਤੇਰੀ ਜੰਨਤ ਮੈਨੂੰ ਬਗਦਾਦ ਗਰੀਬ ਕਰ ਛੋੜੇ ਮੈਂ ਰਾਮਨੀਆ ਤੇਰੀ ਜੰਨਤ ਮੇਰੇ ਛੋਟੇ ਬਾਲ ਰੁਆ ਨਹੀਂ ਵੋ ਜਿੰਦ ਵਾਲ ਖੁੱਲੇ ਹਨ ਸ਼ਾਮ ਦੇ ਵਿੱਚ ਦੁਬਾਰਾ ਵਾਲ ਦੋ ਮਿੰਟ ਮੈਂ ਹੋਰ ਨੇ ਆਦੇ ਮੌਲਾ ਬਗਦਾਦ ਚ ਕਾਇਦੇ ਇਮਾਮਤ ਧੱਬਾ ਲਾਉਣ ਦੀ ਖਾਤਰ ਇਸ ਇਲਾਕੇ ਆ ਲਿਓ ਫਾਸ਼ਾ ਔਰਤ ਨੂੰ ਮੰਗਾਇਆ ਨੇ ਆਦਨ ਜਿਤਨਾ ਇਨਾਮ ਗਿਨੇ ਤੈਨੂੰ ਦਿਸਾਏ ਆਦਿ ਇੱਕ ਕੰਮ ਕਿਹੜਾ ਆਦਨ ਅੰਦਰ ਲੱਗੀ ਵਾਨ ਇੱਕ ਕੈਦੀ ਉਸ ਤੇ ਇਲਜ਼ਾਮ ਚਲਾ ਅੱਖ ਨਾ ਲਾਣਾ ਤੋ ਅੰਦਰ ਆਈ ਸੱਜੇ ਖੱਬੇ ਡਿੱਠਸ ਆਦੀ ਕੀ ਹੋ ਜਾਏ ਬੇਗੈਰਤ ਲੋਕ ਔਰਤ ਨਾਲ ਮਜ਼ਾਕ ਕਰੇਂਦੇ ਹੋ ਮੈਂ ਵੇਖ ਆਈਆਂ ਅੰਦਰ ਕੈਦੀ ਕੋਈ ਨਹੀਂ ਇੱਕ ਚੁੰਡ ਚ ਮੈਲੀ ਜਿਹੀ ਚਾਦਰ ਜਿਹੜੇ ਸੁਜੇਂਦੇ ਬੈਠੇ ਹੋ ਗੋਈ ਜ਼ਿੰਦਾਨ ਖਾ ਗਿਆ ਬਾਕੀ ਹੱਡੀਆਂ ਬਚ ਗਈਆਂ ਬਿਸਮਿਲਾ ਅੰਦਰ ਆਈਏ ਚਾਦਰ ਲਹਾਈ ਮੇਰੇ ਇਮਾਮ ਦੇ ਹੱਥਾਂ ਹੀ ਕੜੀਆਂ ਪੇਰਾਂ ਚ ਬੇੜੀਆਂ ਗੱਲ ਚ ਤੋ ਸਜਦੇ ਦੀ ਹਾਲਤ ਤੇ ਸੁਬੂਨ ਕੁਦੂ ਸੋਨ ਦੀ ਤਸਵੀਰ ਜਾ ਰਹੀ ਹੈ ਜਦਾਂ ਨੇ ਸਲਾਹਾਇਆ ਇਹ ਕਪੜਾ ਭਾਈ ਜਾ ਮੇਰੇ ਇਮਾਮ ਸਜਦਾ ਤੂੰ ਸਰ ਜਾ ਕੇ ਸਯਦਾ ਦਾ ਆ ਗਈਏ ਮੇਰੀ ਧੀ ਮੇਰੇ ਇਮਾਮ ਦੇ ਪਾਸ ਵੇਖ ਕੇ ਆ ਰਹੀ ਹੈ ਤੇਰੇ ਜੀਆ ਤਾਂ ਕਾਇਨਾਤ ਚ ਕਰੀਮ ਕੋਈ ਨਹੀਂ ਇੰਨੇ ਜੀਆ ਕਾਇਨਾਤ ਚ ਬਗੈਰਤ ਕੋਈ ਨਹੀਂ ਤੂੰ ਕਿਹੜਾ ਕਰੀ ਮੈਂ ਜਈ ਫਾਸ਼ਤ ਗੁਨਗਾਰ ਨੂੰ ਧੀਆ ਨਾ ਹੈ ਸਈਆ ਦਾਦਾ ਤੂੰ ਦਿਲ ਬਣਾ ਕਰਾਂ ਬਿਸਮਿਲਾ ਅਰੀ ਮਾਫੀ ਮੰਗਣਾ ਤੂੰ ਤਾਂ ਗਾਇ ਨੂੰ ਗੁਜਲੀ ਯਾਰਾ ਮੈਨੂੰ ਇਸ ਜੁਰਮ ਦੀ ਮਾਫੀ ਦੇ ਸਈਆ ਦਾ ਦਬਾਵੇਂ ਗੈਰ ਸਈਆ ਦਾ ਸਈਆ ਦਾਦਾ ਤੂੰ ਨਹੀਂ ਅਧਿਕਾਰ ਇਹ ਜੁਰਮ ਨਹੀਂ ਤੇਰੇ ਜੰਮਣ ਤੂੰ ਲੱਗ ਕੇ ਮਾਂ ਸ਼ਰਦਾ ਤੇਰੀਆਂ ਸਾਰੀਆਂ ਗਲਤੀਆਂ ਦਾ ਮੈਂ ਜ਼ਾਮਿਨਾ ਮੈਂ ਤੈਨੂੰ ਜੰਨਤ ਦੇਣਾ ਅਰੇ ਮੈਂ ਜਈ ਗੁਨਗਾਰ ਤੇ ਜੰਨਤ ਤੇ ਮਿੰਬਰ ਛੁੜੇਂਦਾ ਪਿਆ ਅਰੇ ਮੈਂ ਜਈ ਤੇ ਜੰਨਤ ਦੇ ਵਿੱਚ ਮਾਫੀ ਮੰਗੀ ਸਈਆ ਦਾਦਾ ਹੈ ਤੈਨੂੰ ਸ਼ਹਾਦਤ ਦੀ ਪੇਸ਼ੀਨ ਗੋਈ ਦੇਣਾ ਤੋਏ ਬਾਹਰ ਵੰਡਣਾ ਹੈ ਮੇਰੀ ਮੁਹੱਬਤ ਚ ਮਾਰਿਆ ਵੰਡਣਾ ਹੈ ਤੂੰ ਜੰਨਤ ਚ ਵੈਸੇ ਜਦਾ ਜੰਨਤ ਚ ਵੰਨੇ ਮੇਰੀਆਂ ਦੋ ਦਾਦੀਆਂ ਨੂੰ ਮੇਰੇ ਸਲਾਮ ਦੇਵੇ ਜਿਹੜੇ ਮੁਕਾਨ ਦੇਵਣ ਵਾਸਤੇ ਆਇਓ ਕਦੋਂ ਮੈਂ ਤੇ ਹੱਥ ਲਾ ਕੇ ਆਦੀ ਕਹਿੰਦੀ ਮੈਂ ਕੋਈ ਤੇਰੀਆਂ ਦਾਦੀਆਂ ਨੂੰ ਜਾਣਨੀ ਹੈ ਸਈਆ ਦਾਦਾ ਨਿਸ਼ਾਨੀ ਮੈਂ ਦੇਣਾ ਇੱਕ ਦਾ ਪਾਸੇ ਤੇ ਹੱਥੋ ਸੀ ਦੂਜੋ ਸੀ ਜਿਹੜੀ ਛਤਰੀ ਬਜ਼ਾਰਾਂ ਤੋਹੀਦ ਬਚਾਈਂਦੀ ਰਹੀ ਹੈ ਕਲਮਾ ਬਚਾਈਂਦੀ ਰਹੀ ਹੈ ਦੋਵੇਂ ਹੱਥ ਮੱਥੇ ਤੇ ਰੱਖ ਕੇ ਆਖੇ ਬਗਦਾਦ ਦਾ ਗਰੀਬ ਕਾਸਮ ਸਲਾਮ ਦੇਣਾ ਆਦਾ ਤੁਹਾਨੂੰ ਜ਼ਿੰਦਾਨ ਖੁੱਲਾ ਮਿਲੇ ਨਾ ਮੈਂ ਬਹਿ ਸਕਦਾ ਨਾ ਮੈਂ ਉੱਠੀ